ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖ਼ਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਜਸਟਿਨ ਟਰੂਡੋ ਦੀ ਪੋਲੈਂਡ ਦੇ ਰਾਸ਼ਟਰਪਤੀ ਡੂਡਾ ਨਾਲ ਮੁਲਾਕਾਤ, ਦੋਵੇਂ ਨੇਤਾਵਾਂ ਨੇ ਆਪਸੀ ਸੰਬੰਧ ਮਜ਼ਬੂਤ ਕਰਨ ਬਾਰੇ ਕੀਤੀ ਚਰਚਾ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਵਿਕਟੋਰੀਆ ਦੀ ਮੇਅਰ ਨਾਲ ਮੁਲਾਕਾਤ, ਟਰੂਡੋ ਨੇ ਵਿਕਾਸਸ਼ੀਲ ਬੁਨਿਆਦੀ ਢਾਂਚੇ ਦੀਆਂ ਲੋੜਾਂ ਬਾਰੇ ਕੀਤੀ ਗੱਲ। ਪੀਰੇ ਪੋਲੀਏਵਰੇ ਨੇ ਟਰੂਡੋ ਸਰਕਾਰ ਦੀ ਕੀਤੀ ਸਖ਼ਤ ਨੁਕਤਾਚੀਨੀ, ਕਿਹਾ ਟਰੂਡੋ ਦੀ ਅਗਵਾਈ 'ਚ ਕੈਨੇਡਾ ਆਰਥਿਕ ਮੰਦਹਾਲੀ ਵੱਲ ਵੱਧ ਰਿਹਾ। ਕੈਨੇਡਾ ਅਤੇ ਚੀਨ ਵਿਚਾਲੇ ਸੰਬੰਧ ਬਣੇ ਤਣਾਅਪੂਰਨ, ਕੈਨੇਡਾ 'ਚ ਚੀਨ ਦੇ ਰਾਜਦੂਤ ਦੀ ਹੋਈ ਰਵਾਨਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਫੋਰਸਿਸ ਬੇਸ ਐਸਕੁਇਮਲਟ ਵਿਖੇ ਪੋਲੈਂਡ ਦੇ ਰਾਸ਼ਟਰਪਤੀ ਐਂਡਰੇਜ ਡੂਡਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਟਰੂਡੋ ਅਤੇ ਰਾਸ਼ਟਰਪਤੀ ਡੂਡਾ ਨੇ ਰੂਸ ਦੇ ਹਮਲੇ ਦੀ ਸ਼ੁਰੂਆਤ ਦੇ 2 ਸਾਲਾਂ ਤੋਂ ਵੱਧ ਸਮੇਂ ਬਾਅਦ ਯੂਕਰੇਨ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ। ਉਹਨਾਂ ਨੇ ਯੂਕਰੇਨ ਦਾ ਸਮਰਥਨ ਜਾਰੀ ਰੱਖਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਅਤੇ ਰਾਸ਼ਟਰਪਤੀ ਜ਼ੈਲੈਂਸਕੀ ਅਤੇ ਸ਼ਾਂਤੀ ਲਈ ਉਹਨਾਂ ਦੇ ਕੂਟਨੀਤਿਕ ਯਤਨਾਂ, ਖਾਸ ਤੌਰ 'ਤੇ ਯੂਕਰੇਨ ਦੇ ਸ਼ਾਂਤੀ ਫਾਰਮੂਲੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਨੇਤਾਵਾਂ ਨੇ ਟ੍ਰਾਂਸਐਟਲਾਂਟਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਈ ਅਤੇ ਜੁਲਾਈ 'ਚ ਵਾਸ਼ਿੰਗਟਨ DC 'ਚ ਹੋਣ ਵਾਲੇ ਨਾਟੋ ਨੇਤਾਵਾਂ ਦੇ ਸੰਮੇਲਨ ਲਈ ਚੱਲ ਰਹੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਉਹਨਾਂ ਨੇ ਪੋਲੈਂਡ ਦੀ ਊਰਜਾ ਸੁਰੱਖਿਆ 'ਚ ਕੈਨੇਡਾ ਦੇ ਸੰਭਾਵੀ ਯੋਗਦਾਨ ਬਾਰੇ ਵੀ ਚਰਚਾ ਕੀਤੀ, ਜਿਸ ਵਿੱਚ ਪਰਮਾਣੂ ਅਤੇ ਹਾਈਡਰੋਜਨ ਖੇਤਰਾਂ 'ਚ ਸਹਿਯੋਗ ਅਤੇ ਵਪਾਰ ਸ਼ਾਮਿਲ ਹੈ। ਦੋਵਾਂ ਨੇਤਾਵਾਂ ਨੇ ਇੰਡੋ ਪੈਸੀਫਿਕ ਖੇਤਰ 'ਚ ਮੌਕਿਆਂ ਅਤੇ ਸੁਰੱਖਿਆ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ ਉਹਨਾਂ ਨੇ ਰਾਇਲ ਕੈਨੇਡੀਅਨ ਨੇਵੀ ਤੋਂ ਇੱਕ ਸੰਬੰਧਿਤ ਬ੍ਰੀਫਿੰਗ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸੰਬੰਧਾਂ ਅਤੇ ਕੈਨੇਡਾ ਦੇ ਰਾਸ਼ਟਰੀ ਤਾਣੇ ਬਾਣੇ 'ਚ ਪੋਲਿਸ਼ ਕੈਨੇਡੀਅਨਜ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਟਰੂਡੋ ਅਤੇ ਰਾਸ਼ਟਰਪਤੀ ਡੂਡਾ ਇਹਨਾਂ ਅਤੇ ਹੋਰ ਸਾਂਝੀਆਂ ਤਰਜੀਹਾਂ 'ਤੇ ਨਿਯਮਤ ਸੰਪਰਕ 'ਚ ਰਹਿਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੱਖ ਤਰਜੀਹਾਂ ਅਤੇ ਸਹਿਯੋਗ ਬਾਰੇ ਚਰਚਾ ਕਰਨ ਲਈ ਵਿਕਟੋਰੀਆ ਦੀ ਮੇਅਰ ਮਾਰੀਅਨ ਆਲਟੋ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਅਤੇ ਮੇਅਰ ਨੇ ਹਾਊਸਿੰਗ, ਕਮਿਊਨਿਟੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਮਹੱਤਵ ਦੇ ਨਾਲ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ 'ਚ ਮੌਜੂਦਾ ਵਿੱਤੀ ਲੈਂਡਸਕੇਪ ਬਾਰੇ ਚਰਚਾ ਕੀਤੀ। ਹਾਊਸਿੰਗ 'ਤੇ ਪ੍ਰਧਾਨ ਮੰਤਰੀ ਟਰੂਡੋ ਅਤੇ ਮੇਅਰ ਆਲਟੋ ਨੇ ਫੈਡਰਲ ਸਰਕਾਰ ਨਾਲ ਹਾਊਸਿੰਗ ਐਕਸਲਰੇਟਰ ਫੰਡ ਸਮਝੌਤੇ ਸਮੇਤ ਨਵੇਂ ਘਰਾਂ ਦੇ ਨਿਰਮਾਣ 'ਚ ਤੇਜ਼ੀ ਲਿਆਉਣ ਲਈ ਸਿਟੀ ਆਫ ਵਿਕਟੋਰੀਆ ਦੀ ਅਗਵਾਈ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਬਜਟ 2024 ਦੇ ਉਪਾਵਾਂ ਨੂੰ ਵੀ ਉਜਾਗਰ ਕੀਤਾ ਜੋ ਕੈਨੇਡਾ ਦੀਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕਰਨਗੇ। ਦੋਵਾਂ ਨੇਤਾਵਾਂ ਨੇ ਸ਼ਹਿਰ ਦੀਆਂ ਵਿਕਾਸਸ਼ੀਲ ਬੁਨਿਆਦੀ ਢਾਂਚੇ ਦੀਆਂ ਲੋੜਾਂ ਬਾਰੇ ਵੀ ਗੱਲ ਕੀਤੀ ਅਤੇ ਕੈਨੇਡੀਅਨ ਸ਼ਹਿਰਾਂ ਦੇ ਭਵਿੱਖ ਬਾਰੇ ਦ੍ਰਿਸ਼ਟੀਕੋਣਾਂ ਦਾ ਆਦਾਨ ਪ੍ਰਦਾਨ ਕੀਤਾ। ਇਸ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਟਰੂਡੋ ਅਤੇ ਮੇਅਰ ਆਲਟੋ ਸਾਂਝੀਆਂ ਤਰਜੀਹਾਂ 'ਤੇ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਨੇ। ਕੈਨੇਡਾ 'ਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਏਵਰੇ ਨੇ ਜਸਟਿਨ ਟਰੂਡੋ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ। ਪੀਰੇ ਪੋਲੀਏਵਰੇ ਨੇ ਕਿਹਾ ਕਿ ਕੈਨੇਡਾ 'ਚ ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਨੇ, ਲੋਕਾਂ ਦੀ ਆਮਦਨੀ ਘੱਟ ਗਈ ਹੈ ਅਤੇ ਉਹਨਾਂ ਕੋਲ ਘਰਾਂ ਦਾ ਕਿਰਾਇਆ ਤੱਕ ਦੇਣ ਦੇ ਪੈਸੇ ਨਹੀਂ ਆ। ਪੋਲੀਏਵਰੇ ਮੁਤਾਬਕ ਟਰੂਡੋ ਦੀ ਅਗਵਾਈ 'ਚ ਕੈਨੇਡਾ ਆਰਥਿਕ ਮੰਦਹਾਲੀ ਵੱਲ ਵੱਧ ਰਿਹਾ ਹੈ, ਲੋਕਾਂ ਕੋਲ ਰੁਜ਼ਗਾਰ ਨਹੀਂ ਹੈ ਅਤੇ ਟਰੂਡੋ ਇਸ ਸਾਲ ਪੇਸ਼ ਕੀਤੇ ਗਏ ਬਜਟ 'ਚ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਦੇ ਸਕੇ। ਇਸ ਦੇ ਇਲਾਵਾ ਹੋਰ ਕੀ ਕਹਿਣਾ ਸੀ ਪੀਰੇ ਪੋਲੀਏਵਰੇ ਦਾ ਤੁਹਾਨੂੰ ਸੁਣਾਉਂਦੇ ਹਾਂ। ਆਫਟਰ 8 ਇਅਰਸ ਆਫ ਟਰੂਡੋ ਹਾਊਸਿੰਗ ਕਾਸਟਸ ਹੈਵ ਡਬਲਡ, ਰੈਂਟ ਹੈਸ ਡਬਲਡ, ਮੋਰਗੇਜ ਪੇਮੈਂਟਸ ਹੈਵ ਡਬਲਡ, ਡਾਊਨ ਪੇਮੈਂਟਸ ਹੈਵ ਆਲ ਡਬਲਡ, ਇਟ ਹੈਸ ਬੀਨ ਡਬਲ ਟ੍ਰਬਲ। Let's look at how insane it is in Canada today. Right now, housing costs are 25 to 45% more expensive than south of the border, even though the Americans have 8 times the population and a smaller landmass to live on. So they have less natural supply
and 8 times the natural demand, and yet their prices are far more affordable. You can buy a home for less than half the price on the American side of Niagara Falls than on the Canadian side, even though they are only 15 minutes apart. Vancouver is now the third most expensive housing market in the world, comparing median income to median housing prices. UBS found in 2022 Toronto was the worst housing bubble on planet Earth. Both of them more expensive than New York City, Chicago, Los Angeles, London, England, and even Singapore. An island with 2,000 times more people per square kilometer than Canadians. We have the most mortgage debt by far of any G7 country as a share of our GDP. What is most astounding about this is that we actually spend far more on residential investment than any other country in the OECD. Residential investment in Canada is 9% of our economy. The OECD average is 4%. In other words, as a relative share of our economy, we are spending twice as much as the rest of our competitor countries to build fewer homes. We have the fewest homes per capita of any country in the G7, even though we have by far the most land and we spend by far the most money building homes. How is this possible? How is this possible? We have more land, labor, and lumber than anyone, and yet we can't build homes. The answer is government is standing in the way. What is the number one cost to building a new home in Vancouver today? Land, labor, lumber, permits. Government represents 60% of the cost of a newly built home in Vancouver today. 60%. So the 40% is what you use to pay for the worker, for all the lumber, and the drywall, and the land. This is insane. Now, we've had wonderful collaboration between all levels of government on housing. I want to say it's been very beautiful to see how well they've collaborated. There have been beautiful press conferences. They've pat each other on the backs. They've congratulated each other for the amazing job they're doing. And guess what? They're spending more money on housing than ever before. This, we're told, is an achievement. We should not worry about the cost to the person buying the home. We should celebrate that it's even more costly to pay for the programs that created the mess in the first place, we're told. Well, I think that we've been too polite for too long with the politicians who caused this mess. My common sense plan is to use the federal spending power in order to get the local bureaucracies that block housing construction out of the way. Canada ਤੇ ਚੀਨ ਵਿਚਾਲੇ ਸਬੰਧ ਤਣਾਅਪੂਰਨ ਬਣਦੇ ਜਾ ਰਹੇ ਨੇ। ਹਾਲ ਹੀ 'ਚ ਕੈਨੇਡਾ 'ਚ ਚੀਨ ਦੇ ਰਾਜਦੂਤ ਦੀ ਰਵਾਨਗੀ ਦੀ ਪੁਸ਼ਟੀ ਗਲੋਬਲ ਅਫੇਅਰਸ ਕੈਨੇਡਾ ਦੁਆਰਾ ਕੀਤੀ ਗਈ ਹੈ, ਜੋ ਕਿ ਇੱਕ ਮਹੱਤਵਪੂਰਨ ਪਲ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਠੰਡੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। 2019 ਤੋਂ ਕੈਨੇਡਾ 'ਚ ਚੀਨ ਦੇ ਰਾਜਦੂਤ ਵਜੋਂ ਸੇਵਾ ਨਿਭਾਉਣ ਵਾਲੇ ਕੌਂਗ ਪੇਊਵੂ ਨੇ ਬੀਤੇ ਵੀਰਵਾਰ ਨੂੰ ਆਪਣਾ ਅਹੁਦਾ ਛੱਡ ਦਿੱਤਾ ਸੀ। ਕਾਂਗ ਪੇਊਵੂ ਦੇ ਪੂਰੇ ਕਾਰਜਕਾਲ ਦੌਰਾਨ ਕੈਨੇਡਾ ਅਤੇ ਚੀਨ ਵਿਚਕਾਰ ਸਬੰਧ ਲਗਾਤਾਰ ਤਣਾਅਪੂਰਨ ਹੁੰਦੇ ਗਏ। ਖਾਸ ਤੌਰ ਤੇ 2018 ਦੇ ਅਖੀਰ ਤੋਂ ਲੈ ਕੇ 2021 ਦੇ ਅਖੀਰ ਤੱਕ ਬੀਜਿੰਗ ਦੁਆਰਾ ਕੈਨੇਡੀਅਨ ਨਾਗਰਿਕਾਂ ਮਾਈਕਲ ਸਪੇਵਰ ਅਤੇ ਮਾਈਕਲ ਕੋਵਰਿਕ ਦੀ ਨਜ਼ਰਬੰਦੀ ਨੇ ਅੰਤਰਰਾਸ਼ਟਰੀ ਹੰਗਾਮਾ ਮਚਾਇਆ, ਜਿਸ ਨੂੰ ਵਿਆਪਕ ਤੌਰ ਤੇ US ਹਵਾਲਗੀ ਵਾਰੰਟ ਤੇ ਵੈਨਕੂਵਰ 'ਚ ਹੁਆਵੇਈ ਦੇ CFO ਮੇਂਗ ਵਾਂਜੂ ਦੀ ਗ੍ਰਿਫਤਾਰੀ ਦੇ ਬਦਲੇ ਵਜੋਂ ਸਮਝਿਆ ਜਾਂਦਾ ਹੈ।
ਅਕਤੂਬਰ 2023 'ਚ ਗਲੋਬਲ ਅਫੇਅਰਸ ਕੈਨੇਡਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਏਵਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਪ੍ਰਚਾਰ ਮੁਹਿੰਮ 'ਚ ਚੀਨੀ ਸਰਕਾਰ ਨੂੰ ਜਨਤਕ ਤੌਰ 'ਤੇ ਫਸਾਇਆ। ਇਸ ਤੋਂ ਇਲਾਵਾ ਕੈਨੇਡਾ ਦੀ ਖੁਫੀਆ ਏਜੰਸੀ ਨੇ 2019 ਅਤੇ 2021 ਦੀਆਂ ਫੈਡਰਲ ਚੋਣਾਂ 'ਚ ਚੀਨੀ ਦਖਲ ਅੰਦਾਜ਼ੀ 'ਤੇ ਚਿੰਤਾ ਜ਼ਾਹਰ ਕੀਤੀ। ਓਟਾਵਾ 'ਚ ਚੀਨੀ ਦੂਤਘਰ ਨੇ ਆਪਣੇ ਰਾਜਦੂਤ ਦੇ ਜਾਣ ਦੀ ਅਧਿਕਾਰਤ ਪੁਸ਼ਟੀ ਕਰਨ ਤੋਂ ਗੁਰੇਜ਼ ਕੀਤਾ ਹੈ ਅਤੇ ਐਲਾਨ ਨੂੰ ਕੈਨੇਡੀਅਨ ਅਧਿਕਾਰੀਆਂ ਦੇ ਹੱਥਾਂ ਵਿੱਚ ਛੱਡ ਦਿੱਤਾ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਦੇ ਦਫ਼ਤਰ ਦੇ ਉਪ ਮੰਤਰੀ ਡੇਵਿਡ ਮੌਰੀਸਨ ਦੁਆਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਖਾਸ ਉਦੇਸ਼ ਨਾਲ ਚੀਨ ਦੇ ਦੌਰੇ 'ਤੇ ਰਵਾਨਾ ਹੋਏ। ਹਾਲਾਂਕਿ ਗਲੋਬਲ ਅਫੇਅਰਸ ਕੈਨੇਡਾ ਦੁਆਰਾ ਮੌਰੀਸਨ ਦੀ ਯਾਤਰਾ ਦੀ ਵਿਸਤ੍ਰਿਤ ਯਾਤਰਾ ਦਾ ਖੁਲਾਸਾ ਨਹੀਂ ਕੀਤਾ ਗਿਆ। ਚੀਨ ਦੇ ਨਾਲ ਕੈਨੇਡਾ ਦੇ ਕੂਟਨੀਤਿਕ ਰੁਕਾਵਟਾਂ ਨੇ ਇਸ ਨੂੰ ਆਪਣੇ ਪੱਛਮੀ ਸਹਿਯੋਗੀਆਂ ਅਤੇ G7 ਦੇਸ਼ਾਂ ਤੋਂ ਵੱਖ ਵੀ ਕਰ ਦਿੱਤਾ ਹੈ। ਇਹ ਸਾਰੇ ਬੀਜਿੰਗ ਨਾਲ ਨਿਯਮਿਤ ਉੱਚ ਪੱਧਰੀ ਆਦਾਨ ਪ੍ਰਦਾਨ ਕਰਦੇ ਨੇ। ਕੂਟਨੀਤਿਕ ਤਣਾਅ ਦੇ ਬਾਵਜੂਦ ਕੈਨੇਡਾ ਅਤੇ ਚੀਨ ਦੋਵਾਂ ਨੇ ਹਾਲ ਹੀ 'ਚ ਗੱਲਬਾਤ ਅਤੇ ਸਹਿਯੋਗ 'ਚ ਸ਼ਾਮਲ ਹੋਣ ਲਈ ਵਚਨਬੱਧਤਾ ਵੀ ਪ੍ਰਗਟਾਈ ਹੈ। ਕੈਨੇਡਾ 'ਚ ਪੰਜਾਬੀ ਬਜ਼ੁਰਗ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸਰੀ ਸ਼ਹਿਰ ਤੋਂ ਲਾਪਤਾ ਪੰਜਾਬੀ ਬਜ਼ੁਰਗ ਦੀ ਭਾਲ 'ਚ ਜੁੱਟੀ RCMP ਨੇ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ 71 ਸਾਲ ਦੇ ਕਿਰਪਾਲ ਸਿੰਘ ਨੂੰ ਆਖਰੀ ਵਾਰ 19 ਅਪ੍ਰੈਲ ਨੂੰ ਦੁਪਹਿਰ ਤਕਰੀਬਨ 12 ਵਜੇ ਸਰੀ ਦੀ 150 ਸਟਰੀਟ 'ਤੇ 8400 ਬਲਾਕ 'ਚ ਦੇਖਿਆ ਗਿਆ। ਸਰੀ RCMP ਨੇ ਕਿਰਪਾਲ ਸਿੰਘ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਹਨਾਂ ਦਾ ਕੱਦ ਤਕਰੀਬਨ 5'9" ਅਤੇ ਵਜ਼ਨ 61 ਕਿਲੋ ਹੈ, ਜਦਕਿ ਅੱਖਾਂ ਕਾਲੀਆਂ ਅਤੇ ਸਫੇਦ ਦਾੜੀ ਹੈ। ਘਰੋਂ ਰਵਾਨਾ ਹੋਣ ਵਾਲੇ ਵੇਲੇ ਉਹਨਾਂ ਨੇ ਕਾਲੀ ਪੱਗ ਬੰਨ੍ਹੀ ਹੋਈ ਸੀਗੀ, ਜਦਕਿ ਕਾਲੀ ਜੈਕਟ ਅਤੇ ਕਾਲੀ ਹੀ ਪੈਂਟ ਪਹਿਨੀ ਹੋਈ ਸੀਗੀ। ਉਹ ਪੈਦਲ ਹੀ ਘਰੋਂ ਰਵਾਨਾ ਹੋਏ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਿਰਪਾਲ ਸਿੰਘ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ RCMP ਨਾਲ 6045990502 'ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨਾਲ 1800-222-8477 'ਤੇ ਕਾਲ ਕੀਤੀ ਜਾ ਸਕਦੀ ਹੈ। ਭਾਰਤ ਦੇ 17 ਸਾਲਾ ਗ੍ਰੈਂਡ ਮਾਸਟਰ ਡੀ ਗੁਕੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਉਹ ਕੈਨੇਡਾ 'ਚ ਕਰਵਾਏ ਗਏ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦੇਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਹੈ। ਗੁਕੇਸ਼ ਨੇ ਮਹਾਨ ਗੈਰੀ ਕਾਸਪਰੋਵ ਦਾ 40 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਗੁਕੇਸ਼ ਨੇ ਆਖਰੀ ਦੌਰ 'ਚ ਅਮਰੀਕੀ ਖਿਡਾਰੀ ਹਿਕਾਰੂ ਨਾਕਾਮੂਰਾ ਨਾਲ ਆਸਾਨ ਡਰਾਅ ਖੇਡਿਆ। ਇਸ ਟੂਰਨਾਮੈਂਟ 'ਚ ਉਹ ਕੁੱਲ 14 'ਚੋਂ 9 ਅੰਕ ਹਾਸਲ ਕਰਨ 'ਚ ਸਫਲ ਰਿਹਾ। ਇਹ ਟੂਰਨਾਮੈਂਟ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦੇਣ ਵਾਲੇ ਖਿਡਾਰੀ ਦੀ ਚੋਣ ਕਰਨ ਲਈ ਕਰਵਾਇਆ ਜਾਂਦਾ ਹੈ। ਇਸ ਜਿੱਤ ਨਾਲ ਗੁਕੇਸ਼ ਨੂੰ ਇਸ ਸਾਲ ਦੇ ਅੰਤ 'ਚ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰਿਨ ਖਿਲਾਫ਼ ਖੇਡਣ ਦਾ ਮੌਕਾ ਮਿਲੇਗਾ। ਚੇਨਈ ਦੇ ਇਸ ਨੌਜਵਾਨ ਖਿਡਾਰੀ ਨੇ ਕਾਸਪਰੋਵ ਦੇ ਰਿਕਾਰਡ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਰੂਸੀ ਚੈਂਪੀਅਨ 1984 ਦੇ ਵਿੱਚ 22 ਸਾਲ ਦਾ ਸੀ ਜਦੋਂ ਉਸਨੇ ਆਪਣੇ ਹਮ ਵਤਨ ਅਨਾਤੋਲੀ ਕਾਰਪੋਵ ਨੂੰ ਚੁਣੌਤੀ ਦੇਣ ਲਈ ਕੁਆਲੀਫਾਈ ਕੀਤਾ ਸੀ। ਗੁਕੇਸ਼ ਨੂੰ 88,500 ਯੂਰੋ ਦਾ ਨਗਦ ਇਨਾਮ ਵੀ ਮਿਲਿਆ। ਉਮੀਦਵਾਰ ਲਈ ਕੁੱਲ ਇਨਾਮੀ ਰਕਮ 5,00,000 ਯੂਰੋ ਸੀ। ਗੁਕੇਸ਼ ਨੇ ਜਿੱਤ ਤੋਂ ਬਾਅਦ ਕਿਹਾ, ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਂ ਫੈਬੀਓ ਕਾਰੂਆਨਾ ਅਤੇ ਇਆਨ ਨੋਪੋਨਿਆਚੀ ਵਿਚਕਾਰ ਮੈਚ ਦੇਖ ਰਿਹਾ ਸੀ, ਫਿਰ ਮੈਂ ਆਪਣੇ ਸਾਥੀ ਨਾਲ ਸੈਰ ਕਰਨ ਗਿਆ। ਮੈਨੂੰ ਲੱਗਦਾ ਹੈ ਕਿ ਇਸ ਨੇ ਮਦਦ ਕੀਤੀ। ਗੁਕੇਸ਼ ਮਹਾਨ ਵਿਸ਼ਵਨਾਥਨ ਆਨੰਦ ਤੋਂ ਬਾਅਦ ਇਹ ਵਕਾਰੀ ਟੂਰਨਾਮੈਂਟ ਜਿੱਤਣ ਵਾਲਾ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ। ਵਿਸ਼ਵਨਾਥਨ ਆਨੰਦ ਨੇ ਐਕਸ 'ਤੇ ਨੌਜਵਾਨ ਖਿਡਾਰੀ ਨੂੰ ਵਧਾਈ ਦਿੰਦੇ ਹੋਏ ਲਿਖਿਆ,
ਡੀ ਗੁਕੇਸ਼ ਨੂੰ ਸਭ ਤੋਂ ਘੱਟ ਉਮਰ ਦਾ ਚੈਲੰਜਰ ਬਣਨ ਲਈ ਵਧਾਈ। ਤੁਸੀਂ ਜੋ ਪ੍ਰਾਪਤ ਕੀਤਾ ਆ ਉਸ 'ਤੇ ਬਹੁਤ ਮਾਣ ਹੈ। ਮੈਨੂੰ ਨਿੱਜੀ ਤੌਰ 'ਤੇ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਤੁਸੀਂ ਕਿਵੇਂ ਖੇਡਿਆ ਅਤੇ ਮੁਸ਼ਕਲ ਸਥਿਤੀਆਂ ਨੂੰ ਸੰਭਾਲਿਆ। ਇਸ ਪਲ ਦਾ ਆਨੰਦ ਮਾਣੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੈਰਾਲਡ ਡਬਲਿਊ ਕਿਸੂਨ ਦੀ 5 ਸਾਲਾਂ ਦੀ ਲਈ ਉੱਤਰੀ ਪਰਿਸ਼ਾ ਦੇ ਅਗਲੇ ਨਿਯੁਕਤੀ ਦਾ ਮਿਸਟਰ ਭਾਈਚਾਰੇ ਦੇ ਸਬਰ ਨੇ, ਜਿਨ੍ਹਾਂ ਨੇ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਕਰੀਅਰ ਸਮਰਪਿਤ ਕੀਤਾ ਹੈ। ਉਹਨਾਂ ਨੇ 25 ਸਾਲਾਂ ਲਈ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ 'ਚ ਸੇਵਾ ਕੀਤੀ। ਪਾਕਸ ਕੈਨੇਡਾ ਨਾਲ 17 ਸਾਲਾਂ ਤੱਕ ਕੰਮ ਕੀਤਾ ਅਤੇ 2011 ਤੋਂ 2017 ਤੱਕ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਡਿਪਟੀ ਕਮਿਸ਼ਨਰ ਰਹੇ। ਉਹ ਇੱਕ ਸਮਰਪਿਤ ਵਲੰਟੀਅਰ ਅਤੇ ਕਈ ਮਾਨਤਾਵਾਂ ਪ੍ਰਾਪਤ ਕਰਨ ਵਾਲੇ ਨੇ। ਉਹਨਾਂ ਨੇ RCMP ਲੌਗ ਸਰਵਿਸ ਮੈਡਲ, ਕਨਫੈਡਰੇਸ਼ਨ ਆਫ ਕੈਨੇਡਾ ਮੈਡਲ ਸਮੇਤ ਕਈ ਸਨਮਾਨ ਹਾਸਲ ਕੀਤੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਬਾਹਰ ਜਾਣ ਵਾਲੇ ਕਮਿਸ਼ਨਰ ਮਾਰਗਰੇਟ ਥੌਮ ਦਾ ਲੋਕਾਂ ਦੀ ਸੇਵਾ ਕਰਨ ਅਤੇ ਸਖ਼ਤ ਮਿਹਨਤ ਅਤੇ ਸਮਰਪਣ ਲਈ ਧੰਨਵਾਦ ਕੀਤਾ। ਸਾਲ 2022 'ਚ ਘੱਟੋ ਘੱਟ 65,960 ਭਾਰਤੀ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ 'ਚ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ। US ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਦੇ ਮੁਤਾਬਕ 2022 'ਚ ਅੰਦਾਜ਼ਨ 4.6 ਕਰੋੜ ਵਿਦੇਸ਼ੀ ਜਨਮੇ ਲੋਕ ਅਮਰੀਕਾ 'ਚ ਰਹਿੰਦੇ ਸਨ, ਜੋ 33.3 ਕਰੋੜ ਦੀ ਕੁੱਲ ਅਮਰੀਕੀ ਆਬਾਦੀ ਦਾ ਲਗਭਗ 14% ਹੈ। ਮੈਕਸੀਕੋ 'ਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ। ਇਸ ਤੋਂ ਬਾਅਦ ਭਾਰਤ, ਫਿਲੀਪੀਨਸ, ਕਿਊਬਾ ਅਤੇ ਡੋਮਿਨਿਕਨ ਰਿਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ। ਸਾਲ 2022 'ਚ ਮੈਕਸੀਕੋ ਦੇ 1,28,878 ਨਾਗਰਿਕ ਅਮਰੀਕੀ ਨਾਗਰਿਕ ਬਣੇ। ਉਹਨਾਂ ਤੋਂ ਬਾਅਦ ਭਾਰਤ 65,960, ਫਿਰ ਫਿਲੀਪੀਨਸ 53,413, ਕਿਊਬਾ ਦੇ 46,913, ਡੋਮਿਨਿਕਨ ਰਿਪਬਲਿਕ ਦੇ 34,525, ਵੀਅਤਨਾਮ ਦੇ 33,246 ਅਤੇ ਚੀਨ ਦੇ 27,038 ਨੂੰ ਅਮਰੀਕੀ ਨਾਗਰਿਕਤਾ ਮਿਲੀ। 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ 'ਚ ਭਾਰਤ ਦੇ ਲੋਕਾਂ ਦੀ ਗਿਣਤੀ 28,31,330 ਸੀ, ਜੋ ਮੈਕਸੀਕੋ ਦੇ 10,06,38,429 ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਬਾਅਦ ਨੰਬਰ ਚੀਨ ਦਾ ਆ, ਜਿੱਥੇ 22,25,447 ਦਾ ਅੰਕੜਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ ਸੰਯੁਕਤ ਰਾਜ 'ਚ ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟੌਕ 'ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਰਚ 'ਚ ਸਦਨ ਨੇ ਟਿਕਟੌਕ ਨੂੰ ਗੈਰ ਕਾਨੂੰਨੀ ਐਲਾਨ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਵੋਟ ਦਿੱਤੀ ਸੀ। ਤੁਹਾਨੂੰ ਦੱਸ ਦਈਏ ਕਿ 170 ਮਿਲੀਅਨ ਤੋਂ ਵੱਧ ਅਮਰੀਕੀ ਟਿਕਟੌਕ ਦੀ ਵਰਤੋਂ ਕਰ ਰਹੇ ਨੇ। ਪਹਿਲਾਂ ਬਿੱਲ 'ਚ ਕਿਹਾ ਗਿਆ ਕਿ ਟਿਕਟੌਕ ਦੀ ਮੂਲ ਕੰਪਨੀ ਬਾਈਟੇਡੈਂਸ ਕਾਨੂੰਨ ਦੇ ਲਾਗੂ ਹੋਣ ਦੇ 180 ਦਿਨਾਂ ਜਾਂ ਅੱਧੇ ਸਾਲ ਦੇ ਅੰਦਰ ਆਪਣੀ ਮਾਲਕੀਅਤ ਛੱਡ ਦੇਵੇਗੀ। ਜੇਕਰ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਟਿਕਟੌਕ ਨੂੰ ਐਪਲ ਅਤੇ ਗੂਗਲ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ। ਸੋਧਿਆ ਹੋਇਆ ਬਿੱਲ ਬਾਈਟਡਾਂਸ ਲਈ 6 ਮਹੀਨਿਆਂ ਦੀ ਇਸ ਮਿਆਦ ਨੂੰ ਲਗਭਗ 9 ਮਹੀਨਿਆਂ ਤੱਕ ਵਧਾਉਂਦਾ ਹੈ। ਇਸ ਤੋਂ ਇਲਾਵਾ ਜੇਕਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਵਾਈਟ ਹਾਊਸ ਇਸ ਮਿਆਦ ਨੂੰ 90 ਦਿਨ ਹੋਰ ਵਧਾ ਸਕਦਾ ਹੈ। ਜਿਹੜੇ ਵਿਧਾਇਕ ਪਹਿਲਾਂ ਸ਼ੱਕੀ ਸਨ ਉਹਨਾਂ ਨੇ ਹੁਣ ਨਵੇਂ ਬਿੱਲ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਹਾਊਸ ਰਿਪਬਲਿਕਨਾਂ ਨੇ ਟਿਕਟੌਕ ਕਾਨੂੰਨ ਨੂੰ ਵਿਦੇਸ਼ੀ ਸਹਾਇਤਾ ਪੈਕੇਜ 'ਚ ਸ਼ਾਮਲ ਕੀਤਾ ਹੈ। ਇਸ ਵਿੱਚ ਯੂਕਰੇਨ ਅਤੇ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸ਼ਾਮਲ ਹੈ। ਸੈਨੇਟਰਾਂ ਕੋਲ ਟਿਕਟੌਕ ਕਲੌਜ਼ ਨੂੰ ਹਟਾਉਣ ਦਾ ਵਿਕਲਪ ਹੈ। ਹਾਲਾਂਕਿ ਜੇ ਸੰਯੁਕਤ ਰਾਜ ਦੀ ਸੈਨੇਟ US ਕਾਂਗਰਸ ਦੇ ਪ੍ਰਤੀਨਿਧਾਂ ਦਾ ਉੱਪਰਲਾ ਸਦਨ
ਟਿਕਟੌਕ ਬਿੱਲ ਪਾਸ ਕਰਦਾ ਹੈ ਤਾਂ ਇਹ ਰਾਸ਼ਟਰਪਤੀ ਜੋ ਬਾਈਡਨ ਨੂੰ ਦਸਤਖਤ ਲਈ ਭੇਜਿਆ ਜਾਵੇਗਾ। ਰਾਸ਼ਟਰਪਤੀ ਬਾਈਡਨ ਨੇ ਟਿਕਟੌਕ ਬਿੱਲ ਦੇ ਪੁਰਾਣੇ ਵਰਜ਼ਨ ਦਾ ਸਮਰਥਨ ਕੀਤਾ ਸੀ। ਇਹ ਦਰਸਾਉਂਦਾ ਹੈ ਕਿ ਉਹ ਟਿਕਟੌਕ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਵਿਦੇਸ਼ੀ ਸਹਾਇਤਾ ਪੈਕੇਜ ਦਾ ਤੁਰੰਤ ਸਮਰਥਨ ਕਰ ਸਕਦੇ ਨੇ। ਟਿਕਟੌਕ ਕਾਨੂੰਨ ਦੀ ਪਾਲਣਾ ਕਰਨ ਲਈ ਪਾਬੰਦ ਹੈ ਪਰ ਬਿੱਲ ਨੂੰ ਕਾਨੂੰਨੀ ਤੌਰ 'ਤੇ ਲੜਨ ਦਾ ਵਿਕਲਪ ਵੀ ਰੱਖਦਾ ਹੈ। ਟਿਕਟੌਕ ਦੇ CEO ਸ਼ਾਹ ਚਿਓ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਕੰਪਨੀ ਦਾ ਇਰਾਦਾ ਜ਼ਾਹਰ ਕੀਤਾ ਹੈ। ਅਮਰੀਕਾ 'ਚ ਪੜ੍ਹ ਰਹੇ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਅਮਰੀਕੀ ਰਾਜ ਐਰੀਜ਼ੋਨਾ 'ਚ ਸੜਕ ਹਾਦਸੇ 'ਚ ਮੌਤ ਹੋ ਗਈ। 19 ਸਾਲ ਦੇ ਨਿਵੇਸ਼ ਮੱਕਾ ਅਤੇ ਗੌਤਮ ਕੁਮਾਰ ਪਾਰਸੀ ਦੀ ਕਾਰ ਇੱਕ ਹੋਰ ਕਾਰ ਨਾਲ ਸਿੱਧੀ ਟਕਰਾ ਗਈ। ਨਿਵੇਸ਼ ਕਰੀਮਨਗਰ ਜ਼ਿਲ੍ਹੇ ਦੇ ਹਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀ ਜਦਕਿ ਗੌਤਮ ਕੁਮਾਰ ਜਨਗਾਓਂ ਜ਼ਿਲ੍ਹੇ ਦੇ ਕਾਨਪੁਰ ਦਾ ਵਾਸੀ ਸੀ। ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ 'ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਪਰਤ ਰਹੇ ਸਨ। ਨਿਵੇਸ਼ ਅਤੇ ਗੌਤਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਹੋ ਗਏ। ਨਿਵੇਸ਼ ਡਾਕਟਰ ਜੋੜੇ ਨਵੀਨ ਅਤੇ ਸਵਾਤੀ ਦਾ ਪੁੱਤਰ ਸੀ। ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਲਾਸ਼ਾਂ ਨੂੰ ਦੇਸ਼ ਭੇਜਣ ਲਈ ਮਦਦ ਦੀ ਅਪੀਲ ਕੀਤੀ ਹੈ। ਅਮਰੀਕਾ 'ਚ ਵੀਟੋ ਤਾਕਤ ਵਰਤਣ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਪਿਛਲੇ ਹਫ਼ਤੇ ਫਲਸਤੀਨ ਲਈ UN ਦੀ ਪੂਰਨ ਮੈਂਬਰਸ਼ਿਪ ਦੀ ਸਿਫਾਰਿਸ਼ ਕਰਨ 'ਚ ਨਾਕਾਮ ਰਹੀ। ਅਲਜੀਰੀਆ ਵੱਲੋਂ ਲਿਆਂਦੇ ਗਏ ਮਤੇ ਦੇ ਖਰੜੇ ਨੂੰ 15 ਚੋਂ 12 ਮੈਂਬਰਾਂ ਦੀ ਵਿਆਪਕ ਹਮਾਇਤ ਮਿਲੀ ਅਤੇ ਉਹਨਾਂ ਇਸ ਦੇ ਹੱਕ 'ਚ ਵੋਟ ਪਾਈ। ਇਸ ਤਰ੍ਹਾਂ ਖਰੜੇ ਨੇ ਪ੍ਰਵਾਨਗੀ ਲਈ ਘੱਟੋ ਘੱਟ 9 ਵੋਟਾਂ ਦੀ ਹੱਦ ਨੂੰ ਪਾਰ ਕੀਤਾ ਪਰ ਅਮਰੀਕਾ ਨੇ ਇਹ ਦਲੀਲ ਦਿੰਦਿਆਂ ਇਸ ਨੂੰ ਨਕਾਰ ਦਿੱਤਾ ਜਾਂ ਵੀਟੋ ਕਰ ਦਿੱਤਾ ਕਿ ਇਹ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸਿੱਧੀ ਵਾਰਤਾ ਦਾ ਮਾਮਲਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨੇ ਫਲਸਤੀਨ ਦੇ ਹੱਕ 'ਚ ਆਇਆ ਮਤਾ ਵੀਟੋ ਕੀਤਾ ਹੈ। ਅਮਰੀਕਾ ਤਾਂ ਇਜ਼ਰਾਈਲ ਦੀਆਂ ਵਧੀਕੀਆਂ ਖਿਲਾਫ਼ ਪੇਸ਼ ਕੀਤੇ ਮਤੇ ਵੀ ਵੀਟੋ ਕਰਦਾ ਰਿਹਾ ਹੈ। ਅਮਰੀਕਾ ਨੇ ਅਜਿਹੇ ਮਤੇ 50 ਤੋਂ ਵੱਧ ਵਾਰ ਵੀਟੋ ਕੀਤੇ ਨੇ ਅਤੇ ਅਜਿਹਾ ਕਰਨ ਵੇਲੇ ਇਸ ਦੀਆਂ ਆਪਣੀਆਂ ਨਿਵੇਕਲੀਆਂ ਦਲੀਲਾਂ ਹੁੰਦੀਆਂ ਨੇ। ਜੇਕਰ ਇਹ ਮਤਾ ਪਾਸ ਹੋ ਜਾਂਦਾ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਂਸਭਾ ਕੋਲ ਭੇਜਿਆ ਜਾਂਦਾ। ਉੱਥੇ ਇਹ ਪਾਰ ਲੰਘ ਜਾਂਦਾ ਕਿਉਂਕਿ ਮਹਾਂਸਭਾ ਦੇ 140 ਮੈਂਬਰਾਂ ਨੇ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੀ ਹੋਈ ਹੈ। ਫਲਸਤੀਨ ਨੂੰ ਪੂਰਨ ਮੈਂਬਰਸ਼ਿਪ ਦੇਣ ਦੀ ਲਗਭਗ ਆਲਮੀ ਪੱਧਰ ਦੀ ਇਹ ਇੱਛਾ ਉਦੋਂ ਜਾਗੀ ਹੈ ਜਦੋਂ ਇਜ਼ਰਾਈਲ ਨੂੰ ਗਾਜ਼ਾ 'ਤੇ ਹਮਲੇ ਕਰਦਿਆਂ 6 ਮਹੀਨੇ ਬੀਤ ਚੁੱਕੇ ਨੇ ਅਤੇ ਉੱਥੇ ਨਾਗਰਿਕਾਂ ਦਾ ਹਾਲ ਵੱਧ ਤੋਂ ਬਦਤਰ ਹੋ ਚੁੱਕਾ ਹੈ। ਸ਼ਾਂਤੀ ਕੇਵਲ ਫਲਸਤੀਨ ਦੀ ਸ਼ਮੂਲੀਅਤ ਨਾਲ ਹੀ ਆ ਸਕਦੀ ਹੈ ਨਾ ਕਿ ਪੱਛਮੀ ਤਾਕਤਾਂ ਵੱਲੋਂ ਇਜ਼ਰਾਈਲ ਨੂੰ ਬੇਇਨਸਾਫ਼ੀ ਦੀ ਖੁੱਲ੍ਹੀ ਛੁੱਟੀ ਦੇਣ ਨਾਲ, ਜਿਸ ਲਈ ਕੋਈ ਜਵਾਬਦੇਹੀ ਵੀ ਤੈਅ ਨਹੀਂ ਹੈ। ਫਲਸਤੀਨੀਆਂ ਨਾਲ ਵਾਰ ਵਾਰ ਹੁੰਦੇ ਅਣਮਨੁੱਖੀ ਵਤੀਰੇ ਨੂੰ ਖਤਮ ਕਰਨ ਦੇ ਇੱਕੋ ਇੱਕ ਉਪਾਅ, ਦੋ ਮੁਲਕੀ ਹੱਲ ਨੂੰ ਸੁਰਜੀਤ ਕਰਨ ਲਈ ਨਵੇਂ ਸਿਰਿਓਂ ਯਤਨ ਹੋਣੇ ਚਾਹੀਦੇ ਨੇ। ਹੁਣ ਵਾਲੇ ਇਜ਼ਰਾਈਲੀ ਹਮਲਿਆਂ ਨੇ ਸੰਸਾਰ ਨੂੰ ਦਿਖਾ ਦਿੱਤਾ ਹੈ ਕਿ ਫਲਸਤੀਨ ਵੱਲ ਇਜ਼ਰਾਈਲ ਦਾ ਰਵੱਈਆ ਕਿਹੋ ਜਿਹਾ ਹੈ। ਅਮਰੀਕਾ ਦੀ ਇਹ ਦਲੀਲ ਕਿ ਇਜ਼ਰਾਈਲ ਫਲਸਤੀਨ ਦਰਮਿਆਨ ਸਿੱਧੀ ਗੱਲਬਾਤ ਹੋਣੀ ਚਾਹੀਦੀ ਹੈ ਤਰਕਸੰਗਤ ਨਹੀਂ। ਤਲ ਅਵੀਵ 'ਚ ਰਹਿ ਚੁੱਕੀਆਂ ਪਹਿਲੀਆਂ ਕਈ ਕੱਟੜਪੰਥੀ ਸਰਕਾਰਾਂ ਵਾਰਤਾ ਨੂੰ ਸਿਰੇ ਤੋਂ ਨਕਾਰ ਚੁੱਕੀਆਂ ਨੇ। ਫਲਸਤੀਨ ਪਹਿਲਾਂ ਹੀ ਗੈਰ ਮੈਂਬਰ ਨਿਗਰਾਨ ਮੁਲਕ ਹੈ ਜਿਸ ਨਾਲ ਇਸ ਨੂੰ ਸੰਯੁਕਤ ਰਾਸ਼ਟਰ ਇਕਾਈਆਂ ਦੀਆਂ ਪ੍ਰਕਿਰਿਆਵਾਂ 'ਚ ਹਿੱਸਾ ਲੈਣ ਦੀ ਪ੍ਰਵਾਨਗੀ ਤਾਂ ਮਿਲਦੀ ਹੈ ਪਰ ਇਹ ਵੋਟ ਨਹੀਂ ਕਰ ਸਕਦਾ। ਅਮਰੀਕਾ ਵੱਲੋਂ ਫਲਸਤੀਨੀਆਂ ਦੀਆਂ ਖੁਆਹਿਸ਼ਾਂ ਪੂਰਨ ਤੋਂ ਕੀਤੀ ਗਈ ਨਾ ਗਲਤੀ ਹੋਵੇਗੀ ਕਿਉਂਕਿ ਇਸ ਨਾਲ ਇਜ਼ਰਾਈਲ ਨੂੰ ਰਾਜਸੀ ਹੱਲ ਤੋਂ ਬਚਣ ਅਤੇ ਵਿਨਾਸ਼ਕਾਰੀ ਨੀਤੀਆਂ ਜਾਰੀ ਰੱਖਣ ਦੀ ਖੁੱਲ੍ਹ ਮਿਲ ਸਕਦੀ ਹੈ। ਫਲਸਤੀਨ ਦਾ ਝੰਡਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ਲਹਿਰਾਉਂਦਾ ਤਾਂ ਹੈ ਪਰ ਇਸ ਦੇ ਗੈਰ ਮੈਂਬਰ ਨਿਗਰਾਨ ਦਰਜੇ ਕਾਰਨ ਇਹ ਹੋਰਾਂ ਮੁਲਕਾਂ ਦੇ ਝੰਡਿਆਂ ਨਾਲੋਂ ਥੋੜ੍ਹਾ ਵੱਖਰਾ ਕਰਕੇ ਲਾਇਆ ਗਿਆ ਹੈ। ਅਮਨ ਸ਼ਾਂਤੀ ਖਾਤਰ ਇਸ ਦੂਰੀ ਨੂੰ ਘਟਾਇਆ ਜਾਣਾ ਚਾਹੀਦਾ ਅਤੇ ਫਲਸਤੀਨ ਨੂੰ ਇਨਸਾਫ਼
ਮਿਲਣ ਦੀ ਅਪੀਲ ਕੀਤੀ ਜਾ ਰਹੀ ਹੈ। ਦੱਖਣੀ ਗਾਜ਼ਾ ਦੇ ਸ਼ਹਿਰ ਰਫਾਹ 'ਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ 'ਚ 14 ਬੱਚਿਆਂ ਸਮੇਤ 22 ਵਿਅਕਤੀ ਮਾਰੇ ਗਏ। ਮਿਸਰ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਇਜ਼ਰਾਈਲ ਨੇ ਹਮਲੇ ਤੇਜ਼ ਕਰ ਦਿੱਤੇ ਨੇ, ਜਿੱਥੇ ਗਾਜ਼ਾ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੇ ਪਨਾਹ ਲਈ ਹੋਈ ਹੈ। ਅਮਰੀਕਾ ਸਮੇਤ ਹੋਰ ਮੁਲਕਾਂ ਨੇ ਇਜ਼ਰਾਈਲ ਨੂੰ ਸੰਜਮ ਰੱਖਣ ਦੇ ਲਈ ਅਪੀਲ ਕੀਤੀ ਹੈ, ਪਰ ਉਹ ਲਗਾਤਾਰ ਹਮਲੇ ਕਰ ਰਿਹਾ ਹੈ। ਉਧਰ ਅਮਰੀਕੀ ਪ੍ਰਤੀਨਿਧ ਸਭਾ ਨੇ $26 ਅਰਬ ਦੀ ਸਹਾਇਤਾ ਦਾ ਪੈਕੇਜ ਐਲਾਨਿਆ ਹੈ, ਜਿਸ 'ਚ ਗਾਜ਼ਾ ਲਈ ਕਰੀਬ $9 ਅਰਬ ਦੀ ਮਾਨਵੀ ਸਹਾਇਤਾ ਵੀ ਸ਼ਾਮਲ ਹੈ। ਇਜ਼ਰਾਈਲ ਵੱਲੋਂ ਕੀਤੇ ਗਏ ਪਹਿਲੇ ਹਮਲੇ 'ਚ ਇੱਕ ਵਿਅਕਤੀ, ਉਸਦੀ ਪਤਨੀ, 3 ਸਾਲ ਦਾ ਬੱਚਾ ਮਾਰੇ ਗਏ। ਕੁਵੈਤ ਹਸਪਤਾਲ ਮੁਤਾਬਕ ਮਹਿਲਾ ਗਰਭਵਤੀ ਸੀ ਅਤੇ ਡਾਕਟਰਾਂ ਨੇ ਉਸਦੇ ਬੱਚੇ ਨੂੰ ਬਚਾ ਲਿਆ। ਦੂਜੇ ਹਮਲੇ 'ਚ ਇੱਕੋ ਹੀ ਪਰਿਵਾਰ ਦੇ 13 ਬੱਚੇ ਅਤੇ 2 ਔਰਤਾਂ ਮਾਰੀਆਂ ਗਈਆਂ। ਰਫਾਹ 'ਚ ਇੱਕ ਦਿਨ ਪਹਿਲਾਂ ਹੋਏ ਹਮਲੇ 'ਚ 6 ਬੱਚਿਆਂ ਸਮੇਤ 9 ਵਿਅਕਤੀ ਹਲਾਕ ਹੋਏ ਸਨ। ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ 'ਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇਜ਼ਰਾਈਲੀ ਜਵਾਨਾਂ ਨੇ 2 ਫਲਸਤੀਨੀਆਂ ਨੂੰ ਮਾਰ ਦਿੱਤਾ। ਫੌਜ ਨੇ ਕਿਹਾ ਕਿ ਦੋਵੇਂ ਫਲਸਤੀਨੀਆਂ ਨੇ ਇੱਕ ਨਾਕੇ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਹਜ਼ਾਰਾਂ ਇਜ਼ਰਾਈਲਿਆਈ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਬਦਲਣ ਅਤੇ ਬੰਦੀਆਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤਾ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਅਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਜਸਟਿਨ ਟਰੂਡੋ ਦੀ ਪੋਲੈਂਡ ਦੇ ਰਾਸ਼ਟਰਪਤੀ ਡੂਡਾ ਨਾਲ ਮੁਲਾਕਾਤ। ਦੋਵੇਂ ਨੇਤਾਵਾਂ ਨੇ ਆਪਸੀ ਸੰਬੰਧ ਮਜ਼ਬੂਤ ਕਰਨ ਬਾਰੇ ਕੀਤੀ ਚਰਚਾ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਵਿਕਟੋਰੀਆ ਦੀ ਮੇਅਰ ਨਾਲ ਮੁਲਾਕਾਤ। ਟਰੂਡੋ ਨੇ ਵਿਕਾਸਸ਼ੀਲ ਬੁਨਿਆਦੀ ਢਾਂਚੇ ਦੀਆਂ ਲੋੜਾਂ ਬਾਰੇ ਕੀਤੀ ਗੱਲ। ਪੀਰੇ ਪੋਲੀਏਵਰੇ ਨੇ ਟਰੂਡੋ ਸਰਕਾਰ ਦੀ ਕੀਤੀ ਸਖ਼ਤ ਨੁਕਤਾਚੀਨੀ। ਕਿਹਾ ਟਰੂਡੋ ਦੀ ਅਗਵਾਈ 'ਚ ਕੈਨੇਡਾ ਆਰਥਿਕ ਮੰਦਹਾਲੀ ਵੱਲ ਵੱਧ ਰਿਹਾ। ਕੈਨੇਡਾ ਅਤੇ ਚੀਨ ਵਿਚਾਲੇ ਸੰਬੰਧ ਬਣੇ ਤਣਾਅਪੂਰਨ। ਕੈਨੇਡਾ 'ਚ ਚੀਨ ਦੇ ਰਾਜਦੂਤ ਦੀ ਹੋਈ ਰਵਾਨਗੀ।